ਠੰਡੇ ਐ ਮਾਸ਼ਾਅੱਲਾ ਇਹਨਾਂ ਨੂੰ ਹੁਣ ਮੈਂ ਤਾਂ ਵੇਖ ਤੇ ਹੀਰਾਣ ਆ ਪਹਿਲੇ ਦਫਾ ਹੁਣ ਅਸੀਂ ਰੱਖਦੇ ਪਏ ਇਹ ਚੁੱਕਦੇ ਪਏ ਅੰਡੇ ਰੱਖਦੇ ਪਏ ਹੌਸਲੇ ਸੁਣ ਲੈ ਕੋਈ ਵਾਰ ਕੀ ਆ ਜਾਣ ਕੋਈ ਕੰਮ ਕਰਨ ਸਰਕਾਰੀ ਹੋ ਗਈ ਇਤਨਾ ਰੋਸੋ ਤੇ ਤਿਆਰੀ ਸੀ ਕਰ ਲਈਏ ਹੁਣ ਅਸੀਂ ਵੰਦੇ ਪਏ ਮੇਲੇ ਤੇ ਮੇਲਾ ਚੱਲ ਤੋ ਬੜੀ ਪ੍ਰੈਸ ਹੋ ਤੇ ਸਫਰ ਤਾਂ ਬਹੁਤ ਹੈ ਪਰ ਤਾਂ ਕੋਈ ਨਾਲ ਸ਼ਾਮਿਲ ਕਰੇ ਸੀ ਤੇ ਹੁਣ ਬਸ ਤਿਆਰੀ ਸ਼ਾਰੀ ਕਰ ਗਈ ਦੀ ਬਸ ਹੁਣ ਦੇਖਦੇ ਹਾਂ ਕੋਈ ਟੋਪੀ ਚੇਂਜ ਕਰਾਂ ਤੇਲ ਤੋਂ ਲਾ ਕੇ ਤੇ ਹੁਣ ਅਸੀਂ ਮਸ਼ੀਨ ਸਟੋਰ ਤੇ ਲਾਈਏ ਮਸ਼ੀਨ ਕੋ ਦੇਖਦੇ ਹਾਂ ਕਿਆ ਬਣ ਗਈ ਕੋਈ ਤਾਂ ਨਿਕਲਦਾ ਪਿਆ ਬਸ ਮਸ਼ੀਨ ਲੱਗੀ ਪੜੀ ਇਹ ਦੇਖੋ ਇਹ ਵੇਖ ਰਹੇ ਹੋ ਬਸ ਵਾਲ ਸਟਰੇਟ ਕਰਕੇ ਤੇ ਹੁਣ ਜਿਹੜਾ ਅਸੀਂ ਨਿਕਲਣੇ ਹਾਂਜੀ ਦੋਸਤੋ ਤੇ ਅਸੀਂ ਵਾਲ ਕਰ ਲੈਣ ਸਟਰੇਟ ਹੁਣ ਜੁੱਤੀ ਕੋ ਥੋੜ੍ਹਾ ਸਾਫ਼ ਸੂਫ ਕਰਨੇ ਸਾਫ਼ ਕਰਕੇ ਤੇ ਬਸ ਨਿਕਲਦੇ ਹਾਂ ਉਸ ਤੋਂ ਬਾਅਦ ਬਿੱਲ ਤੋਂ ਮੇਰਾ ਪਿਆਰ ਹੈ ਬਸ ਪਿੱਛੇ ਰਹਿ ਗਈ ਪਤਾ ਨਹੀਂ ਕਿਆ ਬਣ ਗਈ ਥੋੜ੍ਹਾ ਰੁਮਾਲ ਕਰ ਉਸ ਤੋਂ ਬਾਅਦ ਕੋਈ ਹੋਰ ਸੀ ਕਮੀ ਰੁਪਈ ਬਣਦੀ ਚੱਲ ਚੱਲ ਪੈਸੇ ਗੁੰਮ ਹੋ ਗਏ ਪੈਸੇ ਚੋਰੀ ਹੋ ਗਿਆ ਤਾਂ ਅਸੀਂ ਬੜੇ ਲੱਭੇ ਨੇ ਪੈਸੇ ਸਾਕੂ ਨਹੀਂ ਲੱਭੇ ਬਾਅਦ 'ਚ ਪਤਾ ਚੱਲਿਆ ਕਿ ਜਿਹੜਾ ਨਾ ਕਿ ਚਿੜੀ ਪਰਿੰਦਾ ਆਈ ਉਹ ਪੈਸੇ ਲੈ ਕੇ ਨਿਕਲ ਗਈ ਪੈਸੇ ਗਿਣਦੇ ਪਏ ਸੂ ਵਿੱਚੋਂ 100 ਵਾਲਾ ਨੋਟ ਛਿੱਕਾ ਸੂ ਉੱਡ ਗਈ ਬੜੇ ਭੱਜਿਆਂ ਪਿੱਛੇ ਪਾਰਲ ਕੋਈ ਨਾ ਸਾਨੂੰ ਲੱਭੇ ਅਤੇ ਹੁਣ ਜਿਹੜਾ ਸਾਨੂੰ ਬੜੇ ਢੂੰਡ ਕੇ ਸਾਡੀ ਬੈਠਕ ਦੇ ਅੰਦਰ ਨੇ ਬਣਾਏ ਹੌਸਲਾ ਉੱਥੇ ਵੇਖੇ ਨਹੀਂ ਕਿ ਜਨਾਬ ਉੱਥੇ ਪੈਸੇ ਪਏ ਸੀ ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਆਓ ਸਾਡੇ ਨਾਲ ਕੀ ਸੀਨ ਸੀ ਕੀ ਹਿਸਾਬ ਸੀ ਆ ਗਏ ਬੈਠਕ ਦੇ ਅੰਦਰ ਅਤੇ ਹੁਣ ਤੱਕ ਦਿਖਲਾਉਂਦੇ ਹਾਂ ਇਹ ਦੇਖ ਰਹੇ ਨੇ ਉੱਤੇ ਉਹਨੇ ਰੱਖਿਆ ਨੇ ਅੰਡੇ ਇਹ ਮਾਸ਼ਾਅੱਲਾ ਇਹਨਾਂ ਨੂੰ ਹੁਣ ਮੈਂ ਤਾਂ ਵੇਖ ਤੇ ਹੀਰਾਣ ਆ ਪਹਿਲੇ ਦਫਾ ਹੁਣ ਅਸੀਂ ਰੱਖਦੇ ਪਏ ਇਹ ਚੁੱਕਦੇ ਪਏ ਅੰਡੇ ਰੱਖਦੇ ਪਏ ਹੌਸਲੇ 'ਚ ਅਤੇ ਦੇਖੋ ਦੋਸਤੋ ਜਾਨਵਰਾਂ ਨੂੰ ਵੀ ਜ਼ਰੂਰਤ ਪੈ ਜਾਂਦੀ ਹੁੰਦੀ ਹੈ ਪੈਸਿਆਂ ਦੀ ਨਾ ਜਾਨਵਰਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਬੜੀ ਦਫਾ ਅਸੀਂ ਵੇਖਿਆ ਇਸ ਤਰ੍ਹਾਂ ਦਾ ਸੀਨ ਬਣ ਜਾਂਦਾ ਹੁੰਦਾ ਕਦੇ ਕਦੇ ਫਿਰ ਤਾਂ ਮੱਖੀਆਂ ਆਈਆਂ ਬੈਠੀਆਂ ਨੇ ਬਹੁਤ ਜ਼ਿਆਦਾ ਅਤੇ ਮਰੀਆਂ ਜਾਂਦੀਆਂ ਨੇ ਪੱਖੇ ਤੋਂ ਥੱਲੇ ਆ ਕੇ ਦੇਖ ਲੈਂਦੇ ਤੋਂ ਕੇ ਇਹ ਡੂਮਣੇ ਮੱਖੀ ਦੀਆਂ ਮੱਖੀਆਂ ਇਹ ਛਿੱਕੀ ਪਈ ਆ ਪੱਖਾ ਦੇਖ ਲਏ ਤਾਂ ਐ ਇੱਥੇ ਬਹੁਣਾ